नमस्कार, फास्ट न्यूज इंडिया में आपका स्वागत है। एनआरएचएम ठेका भर्ती सेहत कर्मचारी पिछले कई वर्षों से एक सीमित तनख्वाह पर सेहत विभाग को अपनी सेवाएं दे रहा है। पंजाब सरकार द्वारा एनआरएचएम हेल्थ वर्कों को रेगुलर ना करने को लेकर प्रदेश में एनआरएचएम स्वास्थ्य एवं मेडिकल वर्करों द्वारा हड़ताल पर जाने का ऐलान किया गया। इस संबंध में मुख्यमंत्री कैप्टन अमरिंदर सिंह ने मीडिया बयान में स्वास्थ्य एवं मेडिकल वर्करों को साफ शब्दों में चेतावनी देते हुए कहा कि हड़ताल पर जाने की धमकियों का नतीजा नौकरियों से बर्खास्तगी होगा, क्योंकि जंग जैसे हालात में यह बेहुदगियां बर्दाश्त नहीं की जाएंगी। जिसके बाद जिला कपूरथला एनआरएचएम वर्करों ने पंजाब सरकार के खिलाफ तीखा रोष प्रदर्शन किया और जिला कपूरथला अध्यक्ष डॉक्टर प्रभजोत की अध्यक्षता में सिविल सर्जन डॉक्टर परमिंदर सिंह कौर को मांग पत्र सौंपा। देखिए कपूरथला से राजेंद्र कुमार की खास रिपोर्ट। ਅਸੀਂ ਕਰੋਨਾ ਯੋਧੇ ਆ ਤੇ ਜੇ ਕਿਤੇ ਅਸੀਂ ਆਪਣੀ ਮੰਗ ਦੇ ਲਈ ਖੜ ਗਏ ਤਾਂ ਅਸੀਂ ਕੀ ਹੋ ਗਏ ਆ ਤੋ ਇਹ ਅੱਜ ਸਾਡੇ ਸੀਐਮ ਸਾਹਿਬ ਨੂੰ ਜਵਾਬ ਹੈ ਉਹਨਾਂ ਦੀ ਜਿਹੜੀ ਉਹਨਾਂ ਨੇ ਕੱਲ ਨੌਨਸੈਂਸ ਵਾਲੀ ਜਿਹੜੀ ਸ਼ਬਦਾਵਲੀ ਸਾਡੇ ਯੋਧਿਆਂ ਦੇ ਲਈ ਵਰਤੀ ਹੈ ਤੋ ਅਸੀਂ ਮੇਨਲੀ ਪ੍ਰੋਟੈਸਟ ਤੁਸੀਂ ਅੱਜ ਇਹ ਕਹੋਗੇ ਕਿ ਸਾਡੇ ਮਨ 'ਚ ਬਹੁਤ ਰੋਸ ਹੈ ਇਸ ਗੱਲ ਦਾ ਕਿ ਸਾਨੂੰ ਇਸ ਤਰੀਕੇ ਨਾਲ ਲਗਾਤਾਰ ਸੇਵਾਵਾਂ ਲੈਣ ਤੋਂ ਬਾਅਦ ਜਿੱਥੇ ਸਾਡੇ ਪਰਿਵਾਰ ਗ੍ਰਸਤ ਹੋਏ ਉਹਦੇ ਵਿੱਚ ਸਾਨੂੰ ਅੱਜ ਜਿਹੜਾ ਇਹ ਨੌਨਸੈਂਸ ਵਰਗੇ ਦੇ ਨਾਲ ਸਨਮਾਨਿਤ ਕੀਤਾ ਗਿਆ ਆ ਕਦੀ ਸਰਟੀਫਿਕੇਟ ਝੂਠੇ ਲੇਕਿਨ ਮੇਨ ਮੰਗ ਜਿਹੜੀ ਸਾਡੀ ਉਹਦੇ 'ਤੇ ਕਦੀ ਫੋਕਸ ਨਹੀਂ ਕੀਤਾ ਜਾਂਦਾ ਔਰ ਕੱਲ੍ਹ ਬਲਬੀਰ ਸਿੰਘ ਸਿੱਧੂ ਜੀ ਆਏ ਸੀਗੇ ਹੈਲਥ ਮਿਨਿਸਟਰ ਸਾਹਿਬ ਕਿਤੇ ਭੁਲੱਥ ਆਏ ਸੀਗੇ ਡਾਕਟਰ ਅਨੁਰਾਧਾ ਨੇ ਉਹਨਾਂ ਨੂੰ ਮੈਮੋਰੈਂਡਮ ਦੇਣ ਦੀ ਕੋਸ਼ਿਸ਼ ਕੀਤੀ ਆਪਣੀ ਜਦੋਂ ਮੰਗ ਰੱਖੀ ਜਦਕਿ ਇਸ ਮੰਗ ਤੋਂ ਜਾਣ ਨਹੀਂ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ 5 ਸਾਲ ਪਹਿਲਾਂ ਜਦੋਂ ਸਰਕਾਰ ਆਈ ਸੀ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਕੱਚੇ ਮੁਲਾਜ਼ਮਾਂ 'ਤੇ ਉਹਨਾਂ ਮੈਨੀਫੈਸਟੋ ਸੀਗਾ ਕਿ ਪੱਕੇ ਕਰਨਗੇ ਕੋਈ ਅਲੱਗ ਮੰਗ ਨਹੀਂ ਸੀ ਔਰ ਜਦੋਂ ਕੋਵਿਡ ਦੌਰਾਨ ਲਾਸਟ ਈਅਰ ਅਸੀਂ ਮੰਗ ਕੀਤੀ ਤਾਂ ਸਾਨੂੰ ਇਹ ਕਹਿ ਦਿੱਤਾ ਸਾਡਾ ਫਰਜ਼ ਯਾਦ ਕਰਵਾ ਦਿੱਤਾ ਗਿਆ ਤਾਂ ਇਹ ਤਾਂ ਹੁਣ ਲੋਕ ਵੀ ਗਵਾਹ ਹੋਣ ਜੋ ਜੱਬਲ ਹੈ ਹਾਂਜੀ ਸਰ ਸਾਡੀ ਲਗਾਤਾਰ ਇੰਨੇ ਸਾਲਾਂ ਤੋਂ ਤੁਹਾਨੂੰ ਵੀ ਪ੍ਰੈਸ ਕਵਰੇਜ ਕਰਦੇ ਨੂੰ ਦੇਖਦਾ ਹੋਏਗਾ ਕਿ ਐਨਐਚਐਮ ਮੁਲਾਜ਼ਮਾਂ ਦੀ ਇੱਕੋ ਹੀ ਮੰਗ ਆ ਕਿ ਉਹ ਕੱਚੇ ਆ ਅਤੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਇਕੱਲੀ ਕੋਰੋਨਾ ਮਹਾਂਮਾਰੀ ਦੌਰਾਨ ਹੀ ਨਹੀਂ ਆਲਰੇਡੀ 13-14 ਸਾਲਾਂ ਤੋਂ ਬੰਦੇ ਸੇਵਾਵਾਂ ਨਿਭਾ ਰਹੇ ਨੇ ਅਤੇ ਕੋਰੋਨਾ ਮਹਾਂਮਾਰੀ ਦੇ ਵਿੱਚ ਅਤੇ ਦੁੱਗਣਾ ਉਹਨਾਂ ਨੇ ਕੰਮ ਕੀਤਾ ਹੋਇਆ ਆ ਅਤੇ ਜਿਹੜੇ ਉਹਨਾਂ ਦੇ ਪਰਿਵਾਰ ਸਫ਼ਰ ਕੀਤੇ ਨੇ ਅਸੀਂ ਸਫ਼ਰ ਕੀਤੇ ਆ ਕੱਲ੍ਹ ਸੀਐਮ ਸਾਹਿਬ ਨੇ ਇੱਕ ਵਰਡ ਯੂਜ਼ ਕੀਤਾ ਜੰਗ ਦੇ ਹਾਲਾਤ ਤੁਸੀਂ ਫੌਜੀਆਂ ਨੂੰ 10,000 ਦੇ ਕੇ ਤੋਰ ਦਿੰਦੇ ਹੋ ਕਿ ਜਾਓ ਜਾ ਕੇ ਜੰਗ ਲੜੋ ਮਰ ਗਏ ਤਾਂ ਜਿੰਦੇ ਹੋ ਗਏ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਇੱਦਾਂ ਹੀ ਆਪਣੇ ਫੌਜੀ ਜਿਹੜੇ ਉਹ ਛੱਡ ਦਿੰਦੇ ਹੋ ਸੋ ਸਾਡੀ ਇੱਕੋ ਇੱਕ ਮੰਗ ਹੈਗੀ ਆ ਕਿ ਸਾਨੂੰ ਪੱਕੇ ਕੀਤਾ ਜਾਵੇ ਜੇ ਉਹਨਾਂ ਦਾ ਕਹਿਣਾ ਕਿ ਤੁਸੀਂ ਪੱਕੇ ਨਹੀਂ ਹੋ ਸਕਦੇ ਤਾਂ ਉਹਨਾਂ ਨੂੰ ਇਹ ਦੱਸਿਆ ਜਾਏਗਾ ਸਾਡੇ ਜਿਹੜੇ ਯੂਨੀਅਨ ਦੇ ਲੀਡਰਸ ਨੇ ਉਹਨਾਂ ਨੂੰ ਦਿਖਾ ਕੇ ਆਏ ਨੇ ਬਕਾਇਦਾ MD ਸਾਹਿਬ ਸਾਰੇ ਜਾਣੂ ਨੇ ਕਿਉਂਕਿ ਫਾਈਲਾਂ ਬਹੁਤ ਵਾਰ ਜਾ ਚੁੱਕੀਆਂ ਨੇ ਗੱਲ ਸਿਰਫ ਨੀਅਤ ਦੀ ਉਹ ਕਹਿ ਦਿੰਦੇ ਆ ਜੀ ਮਿਨਿਸਟਰ ਸਾਹਿਬ ਦੇ ਹੋਣ 'ਤੇ ਹੀ ਹੋਣਾ ਆ ਸਰਵ ਸਿੱਖਿਆ ਅਭਿਆਨ ਵਾਲੇ ਵੀ ਪੱਕੇ ਹੋ ਚੁੱਕੇ ਨੇ ਅਤੇ ਹਰਿਆਣਾ ਵਾਲਿਆਂ ਨੂੰ 3 ਸਾਲ ਹੋ ਗਏ ਨੇ ਲਗਾਤਾਰ ਮੇਰੇ ਕੈਡਰ ਦਾ ਬੰਦਾ ਹੀ ਮੇਰੀ ਪੋਸਟ 'ਤੇ ਪੱਕਿਆਂ ਵਾਲੀ ਪੇ ਜਿਹੜੀ ਉਹ ਲੈ ਰਿਹਾ ਹੈਗਾ ਅਤੇ ਹਰਿਆਣਾ ਸਾਡੇ ਤੋਂ ਬਾਹਰ ਹੈ ਸਰ ਇਹ ਕੁਐਸਚਨ ਸਰਕਾਰ ਨੂੰ ਹੈ ਸਾਡਾ ਕਿ ਤੁਹਾਨੂੰ ਅਸੀਂ ਨਹੀਂ ਦੇਖ ਰਹੇ ਬੀਬੀਆਂ ਨੇ ਕਿਰਾਇਆ ਮਹਿੰਗ ਬੀਬੀਆਂ ਦਾ ਕਿਰਾਇਆ ਮਾਫ਼ ਕੀਤਾ ਗਿਆ ਤੁਹਾਡੇ ਕੋਲ ਬਜਟ ਹੈ ਲੇਕਿਨ ਸਾਡੇ ਲਈ ਹੈਲਥ ਮੁਲਾਜ਼ਮਾਂ ਕੋਲ ਤੁਹਾਡੇ ਲਈ ਬਜਟ ਨਹੀਂ ਹੈ ਔਰ ਤੁਸੀਂ ਕਹਿੰਦੇ ਹੋ ਕਿ ਸਾਨੂੰ ਅਸੀਂ ਕਰੋਨਾ ਯੋਧੇ ਹਾਂ ਜੇ ਚੁੱਪਚਾਪ ਕੰਮ ਕੀਤਾ ਤਾਂ ਅਸੀਂ ਕਰੋਨਾ ਯੋਧੇ ਹਾਂ ਔਰ ਕੱਲ੍ਹ ਜਿਹੜੀ ਤੁਹਾਡੇ ਦੁਆਰਾ ਸਾਡੇ ਲਈ ਸ਼ਬਦਾਵਲੀ ਜਿਹੜੀ ਤੁਸੀਂ ਵਰਤੀ ਗਈ ਹੈ ਅਸੀਂ ਇਸ ਦੀ ਬਿਲਕੁਲ ਨਿਖੇਧੀ ਕਰਦੇ ਹਾਂ ਔਰ ਸਾਡੇ ਲਈ ਮਨ ਦੇ ਵਿੱਚ ਤੁਹਾਡੇ ਪ੍ਰਤੀ ਜਿਹੜਾ ਰੋਸ ਆ ਉਹ ਹੋਰ ਵੱਧ ਗਿਆ ਆ ਔਰ ਅਸੀਂ ਸਾਨੂੰ ਇਹ ਲੱਗਦਾ ਹੈ ਕਿ ਸਾਨੂੰ ਇਹ ਨਾ ਮਿਲਿਆ ਇੰਨੇ ਸਾਲ ਕੰਮ ਕਰਨ ਦਾ ਅਸੀਂ ਆਪਣੇ ਜੋ ਵੀ ਪਿਛਲੇ ਦਿਨ ਰਾਤ ਇੱਕ ਕੀਤਾ ਬੁਖਾਰਾ ਦੇ ਵਿੱਚ ਡਿਊਟੀਆਂ ਕੀਤੀਆਂ ਸਭ ਕੁਝ ਕੀਤਾ ਆਪਣੇ ਪਰਿਵਾਰ ਦਾ ਅਤੇ ਲਾਏ ਤਾਂ ਸਾਨੂੰ ਵਟ ਆ ਨੌਨਸੈਂਸ ਔਰ ਬਕਵਾਸ ਵਰਗੀ ਸ਼ਬਦਾਵਲੀ ਵਰਤ ਕੇ ਅਸੀਂ ਚਾਹੁੰਦੇ ਹਾਂ ਕਿ ਸੀਐਮ ਸਾਹਿਬ ਇਸ ਦੀ ਮਾਫ਼ੀ ਮੰਗਣ ਹੈਲਥ ਮਿਨਿਸਟਰ ਸਾਹਿਬ ਉਹਨਾਂ ਦੇ ਬਾਰੇ ਵੀ ਦੱਸਣਾ ਚਾਹਾਂਗੇ ਕਿ
जो इन्हों की कैप्टन सरकार आई सी उदो इन मैनीफेस्टो पक्या पता सगा कि असं कच्चे मुलाजमान पक्या करना है। और कोविड दौरान जो लास्ट ईयर असी हड़ताल का किया तो सानू साडा फर्ज याद करवा दिता गया और कहा गया कि जी तुहानू बहुत जल्द खत्म कर देवांगे पक्के। तो अज जो कल हैल्थ मिनिस्टर साहब भुलाथ आए ने तो जो साडे मुलाजमान वालों उन्होंने यह चीज़ पूछी गई तो उन्होंने कहना सी जी पोस्टां भरिया ने तुसीं भर के पक्के हो जाते असी तो कढ़िया सी भर्तियां। इतने मैं सारा दसना चाहती हाँ जिन्नियां क भर्तियां कढ़ते हैं ना उन्ने क मुलाजम छड़ के चले जाते हैं, अद्धे क बंदे बाहर चले जाते, अद्धे क बंदे कच्चिया तो वो चले जाते हैं, पोस्टा उत्थे दियाँ उत्थे ही रह जांदियां ने। और जे इन्नी भर्तियां सरकार द्वारा कीतियां गईयां ने ते अज इन्हां दे हालात इदां दे क्यों ने इस गल दा दस्सिया जावे। सर साडे वल्लों जिहड़ी रैगूलर यूनियन वल्लों भी समर्थन किया गया है और जिहड़ी डी एडिक्शन वल्लों भी समर्थन सी जिन्हां नूं कल लोलीपॉप जिन्हों तुसीं कह सकदे हो दे दित्ता है, ठीक है कि तुहानूं जी जिला पद्धर ते रख्या गया है, चलो जी ताडा बहुत जिद्दां सोचांगे जो हमेशा ही करदे आए ने, पर सानू इस टाइम इदां दा कुछ नहीं हैगा, असीं कल्ले ही बहुत हाँ क्योंकि असीं अपना जिहड़े अपना असीं मंगदे हां असीं रखदे हां कि जे असीं 24 घंटे काम करदे हां कीता आ ते साडा इह हक बणदा असीं अपने हक्कां दे लई खड़ीए। और सरकार नूं इह आ कि जे तुसीं उस टाइम दे उत्ते जदों असीं टैस्ट दे के आए हां जे पक्कियां भर्तियां तुहाडियां सरकारां द्वारा कढ़ियां हुंदियां ना कच्चियां दी जगह ते अज असीं पक्के हुंदे इत्थे ना बैठे हुंदे, सो इह जिहड़ा हैगा साडा आ। सो साडी मंग जल्द तो जल्द पूरी कीती जावे, जे कॉपियां चाहीदियां हरियाणा गवर्नमेंट तो मंगा लिया जाए, सर्व शिक्षा अभियान वालों तो मंगाइया जाए, नहीं तो साडे जिहड़े लीडर आ तुहाडे तक पहुँचा के आए उन्हां नूं पढ़ लिया जाए ते जल्द तो जल्द सानूं नोटिफिकेशन चाहीदा आ, होर कुछ नहीं चाहीदा जी।